ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਆ ਜਾਓ ਅੱਜ ਆਪਾਂ ਤੁਹਾਨੂੰ ਲੈਵਨ ਕੇਵੀ ਆ ਜਿਹੜੀ ਉਹ ਸ਼ਾਰਟ ਕਰਕੇ ਅਤੇ ਉੱਪਰ ਉਹਦਾ ਮੇਨ ਦਾ ਜੰਪ ਟੁੱਟਿਆ ਆ ਉਹ ਲਾਵਾਂਗੇ। ਅਤੇ ਆਪਣੇ ਆਹ ਵੀਰ ਸ਼ਾਰਟ ਕਰਨ ਲੱਗੇ ਨੇ ਅਤੇ ਇਹ ਫਿਊਜ਼ਾਂ ਤੋਂ ਉੱਪਰ ਸ਼ਾਰਟ ਕਰਨਗੇ ਜਿਹੜੇ ਐਚ ਟੀ ਫਿਊਜ਼ ਨੇ ਉਹ ਤੋਂ ਤਾਂ ਇੱਕ ਆਪਾਂ ਜ਼ਮੀਨੀ ਜਿਹੜੀ ਗਰਾਊਂਡ ਅਰਥ ਆ ਉਹਨੂੰ ਆਪਾਂ ਲਾ ਕੇ ਬੈਂਡਿੰਗ ਇੱਕ ਸਾਈਡ ਜਿੱਥੇ ਲਾ ਰਹੇ ਨੇ। ਉਸ ਤੋਂ ਬਾਅਦ ਜਿਹੜੇ ਥੱਲੇ ਆਪਣੇ ਤਿੰਨੇ ਬੁਲੇਟਾਂ ਵਾਲੇ ਜੰਪਰ ਨੇ ਫਿਊਜ਼ਾਂ ਤੋਂ ਤਾਹਾਂ ਸੁੱਚ ਤੋਂ ਥੱਲੇ ਉਹਨਾਂ ਤਿੰਨੇ ਜੰਪਰਾਂ ਨੂੰ ਮਤਲਬ ਬੈਂਡਿੰਗ ਆ ਜਿਹੜੀ ਉਹ ਲਾ ਛੱਡਣੀ ਆਪਾਂ ਨੇ ਸ਼ਾਰਟ ਕਰ ਦੇਣੇ ਨੇ। ਮਤਲਬ ਆ ਦੇਖੋ ਵੀਰ ਬਹੁਤ ਧਿਆਨ ਨਾਲ ਇਹ ਸ਼ਾਰਟ ਕਰਦੇ ਹੋਏ ਅਤੇ ਗਰਾਊਂਡ ਵਾਲੀ ਜਿਹੜੀ ਅਰਥ ਆ ਉਹਨੂੰ ਪਲਾਸ ਨਾਲ ਥੋੜ੍ਹਾ ਜਿਹਾ ਰਗੜ ਕੇ ਉਹ ਇਹਨਾਂ ਨੇ ਲਾਤੀ ਅਤੇ ਹੁਣ ਅੱਗੇ ਵੱਧਦੇ ਹੋਏ ਪਹਿਲੇ ਜੰਪਰ ਨੂੰ ਲੱਗੇ ਨੇ ਬੈਂਡਿੰਗ ਕਰਨ ਗੇੜਾ ਦੇਣ। ਦੇਖੋ ਸਾਡੇ ਚੈਨਲ ਨਾਲ ਜੁੜੇ ਰਿਹਾ ਕਰੋ, ਬਹੁਤ ਹੀ ਵਧੀਆ ਵਧੀਆ ਵੀਡੀਓ ਆਪਾਂ ਤੁਹਾਨੂੰ ਤੁਹਾਡੇ ਅੱਗੇ ਲੈ ਕੇ ਆਵਾਂਗੇ ਅਤੇ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਮੇਰਾ ਵੀਰਾਂ। ਆਹ ਦੇਖੋ ਦੋ ਆਪਾਂ ਨੇ ਦੋ ਜੰਪਰ ਨੇ ਜਿਹੜੇ ਉਹ ਲਾ ਉਹ ਕਰਤੇ ਸ਼ਾਰਟ, ਤੀਜੇ ਨੂੰ ਹੁਣ ਵੀਰ ਆਪਣੇ ਕਰ ਰਿਹਾ ਹੈ। ਬਹੁਤ ਹੀ ਧਿਆਨ ਨਾਲ ਕੰਮ ਆ ਜਿਹੜਾ ਇਹ ਕਰਨ ਵਾਲਾ ਹੁੰਦਾ, ਕੁਛ ਵੀ ਕਰਨ ਤੋਂ ਪਹਿਲਾਂ ਆਪਾਂ ਨੂੰ ਲਾਈਨ ਆ ਜਿਹੜੀ ਉਹ ਸ਼ਾਰਟ ਜ਼ਰੂਰ ਕਰ ਲੈਣੀ ਚਾਹੀਦੀ ਆ। ਜੇ ਆਪਾਂ ਸ਼ਾਰਟ ਕਰਾਂਗੇ ਲਾਈਨ ਆ ਜਿਹੜੀ ਜੇ ਉਹਨੂੰ ਅਰਥ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਹਵਾਈ ਕਰੰਟ ਆ ਉਹ ਵੀ ਡੈਮੇਜ ਹੋ ਜੂਗਾ ਰਸਤੇ ਦੇ ਵਿੱਚ ਹੀ, ਅਤੇ ਪਾਵਰ ਆ ਜਿਹੜੀ ਮੇਨ ਆਊਗੀ 11000 ਬੁਲਟ ਆ ਜੇ ਬਾਏ ਦਾ ਵੇ ਕਿਤੋਂ ਆਉਂਦੀ ਵੀ ਆ ਤਾਂ ਨੁਕਸਾਨ ਨਹੀਂ ਕਰੂਗੀ। ਇਹ ਆਪਾਂ ਨੂੰ ਕੰਮ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਆਪਾਂ ਨੇ ਮਾਇੰਡ ਦੇ ਵਿੱਚ ਰੱਖਣਾ ਕਿ ਜੋੜੇ ਦੇ ਉੱਤੇ ਚੜ੍ਹਨ ਤੋਂ ਪਹਿਲਾਂ ਆਪਾਂ ਨੇ ਅਰਥ ਜ਼ਰੂਰ ਕਰਨੀ ਆ, ਤਿੰਨੇ ਫੇਸਾਂ ਨੂੰ ਅਰਥ ਕਰਨੀ ਆ। ਦੇਖੋ ਇਹਨੇ ਹੁਣ ਜਿੱਦਾਂ ਆਪਣੇ ਲੈਨਮੈਨ ਨੇ ਅਰਥ ਕਰ ਲਈ ਅਤੇ ਹੁਣ ਇਹ ਸੁੱਚ ਲਗਵਾਉਣਗੇ। ਆਪਾਂ ਹੁਣ ਇਹਦੀ ਜਿਹੜੀ ਟਰਾਫਨ ਦੀ ਸੁੱਚ ਆ ਉਹ ਆਪਾਂ ਲਾ ਦੇਣੀ ਆ। ਕਦੇ ਵੀ ਤੁਸੀਂ ਲਾਈਨ ਸ਼ਾਰਟ ਕਰਨੀ ਆ ਇੱਦਾਂ ਹੀ ਟਰਾਂਸਫਾਰਮਰ ਆ ਜਿਹੜਾ ਉਹਦੇ ਉੱਤੇ ਸ਼ਾਰਟ ਕਰਿਆ ਕਰੋ, ਕਿਤੇ ਵੀ ਕੰਮ ਕਰਨਾ ਟਰਾਫਨ 'ਤੇ ਸ਼ਾਰਟ ਕਰੋ। ਆ ਦੇਖੋ ਇਹ ਲਾਈਨਮੈਨ ਸਾਹਿਬ ਲਾਉਣਗੇ ਸੁੱਚ, ਆਹ ਲਓ ਜੀ ਗੰਡਾਸਾ ਸੁੱਚ ਕਹਿੰਦੇ ਨੇ ਇਹਨੂੰ, ਇਹ ਲਾਤੀ ਹੁਣ ਆਪਣੀ ਲਾਈਨ ਆ ਜਿਹੜੀ ਉਹ ਪ੍ਰੋਪਰ ਸ਼ਾਰਟ ਹੋ ਚੁੱਕੀ ਆ, ਅਰਥ ਹੋ ਚੁੱਕੀ ਆ ਇਹ ਪੂਰੀ ਲਾਈਨ। ਅਤੇ ਅੱਗੇ ਹੁਣ ਆਪਾਂ ਦੇਖਦੇ ਹਾਂ ਇਹਨੂੰ ਵੀਰ ਨੂੰ ਬੈਂਡਿੰਗ ਦੇਵਾਂਗੇ ਇੱਕ ਜੰਪਰ ਲਾਉਣਾ ਆ, ਲਾਈਨ ਅਰਥ ਹੋ ਗਈ, ਆਹ ਲਓ ਜੀ ਬੈਂਡਿੰਗ ਦੇ ਤੀ ਲਾਈਨਮੈਨ ਨੇ। ਅਤੇ ਜਿਹੜੇ ਮਤਲਬ ਇਹ ਬੈਂਡਿੰਗ ਲਾਊਗਾ ਮੁੰਡਾ ਉੱਪਰ ਜਿਹਨੇ ਜੰਪਰ ਲਾਉਣਾ ਇਹ ਏ ਗ੍ਰੇਡ ਦਾ ਲਾਈਨਮੈਨ ਆ, ਜਿਹੜਾ ਆਪਣੇ ਥੱਲੇ ਆ ਇਹ ਵੈਸੀ ਲਾਈਨਮੈਨ ਆ। ਅਤੇ ਲਓ ਜੀ ਅੱਗੇ ਵੱਧਦਾ ਹੋਇਆ ਆਪਣੇ ਗ੍ਰੇਡ ਲਾਈਨਮੈਨ, ਟਰਾਂਸਫਾਰਮ ਦੇ ਉੱਪਰ ਚੜ੍ਹਨ ਤੋਂ ਪਹਿਲਾਂ ਇਹਦੇ ਨਟ ਨੁਟ ਚੈੱਕ ਕਰਿਆ ਕਰੋ। ਆ ਲਓ ਜੀ ਲਾਈਨ ਆ ਜਿਹੜੀ ਹੁਣ ਇਹ ਆਪਣੀ ਪੂਰੀ ਪ੍ਰੋਪਰ ਅਰਥ ਹੋ ਚੁੱਕੀ ਆ, ਇਹਦੀ ਜੰਪਰ ਲਾਉਣ ਤੋਂ ਪਹਿਲਾਂ ਕੋਈ ਰਿਸਕ ਨਹੀਂ ਹੈਗਾ ਹੁਣ ਇੱਥੇ, ਕੋਈ ਸਾਲਾ ਜਾਣ ਕੇ ਵੀ ਨਾ ਲਾਈਨ ਅਰਥ ਕਰੂਗਾ ਤਾਂ ਪੜਾਕੇ ਉੱਥੇ ਹੀ ਪੈ ਜਾਣੇ ਨੇ, ਇੱਥੇ ਤੱਕ ਆਉਣੇ ਨਹੀਂ ਗੇ ਕਿਉਂਕਿ ਪੂਰੀ ਲਾਈਨ ਅਰਥ ਹੋ ਚੁੱਕੀ ਆ।
ਜਿੱਦਾਂ ਕਿ ਆਪਾਂ ਨੇ ਇੱਥੋਂ ਲੈਣ ਅਰਥ ਕਰਤੀ ਤਾਂ ਜਿੱਥੇ ਤੱਕ ਇਹ ਲੈਣ ਜਾਂਦੀ ਹੈ ਸਾਰੀ ਅਰਥ ਆ। ਲਓ ਜੀ ਲੈਨਮੈਨ ਸਾਹਿਬ ਜੈਂਪਰ ਨੇ ਜਿਹੜੇ ਲਾਉਂਦੇ ਹੋਏ ਬਹੁਤ ਹੀ ਵਧੀਆ ਢੰਗ ਨਾਲ ਜੈਂਪਰ ਲਾਉਂਦੇ ਨੇ। ਕੰਮ ਦੀ ਤਕਨੀਕ ਇਹਨਾਂ ਕੋਲ ਵੀ ਬੇਜਾ ਆ, ਦਿਮਾਗ ਵੀ ਬਹੁਤ ਹੈ ਇਹਨਾਂ ਦਾ। ਅਤੇ ਆਹ ਦੇਖੋ ਇਹਨੇ ਹੁਣ ਕੋਈ ਕੱਚ ਨਹੀਂ ਛੱਡਣੀ, ਜੇ ਕੋਈ ਮਾੜਾ ਮੋਟਾ ਜੈਂਪਰ ਮੰਨ ਲਓ ਲੂਜ਼ ਵੀ ਹੈਗਾ ਨਾ, ਜਿੱਥੇ ਇਹਨੂੰ ਲੱਗਦਾ ਵੀ ਲੂਜ਼ ਪੁਆਇੰਟ ਆ, ਉੱਥੇ ਵੀ ਇਹਨੇ ਮਤਲਬ ਬੈਂਡਿੰਗ ਲਾ ਕੇ ਹੀ ਉਤਰਨੀ ਆ। ਇਹ ਹਰੇਕ ਕਾਰੀਗਰ ਨੂੰ ਚਾਹੀਦਾ ਇਹ ਕਿ ਜੇ ਇੱਕ ਜੰਪਰ ਟੁੱਟਿਆ ਹੋਇਆ ਤਾਂ ਨਾਲ ਦੇ ਜੰਪਰਾਂ ਦੇ ਉੱਤੇ ਆਪਾਂ ਨਿਗਾਹ ਮਾਰੋ, ਕਿਉਂਕਿ ਇਹ ਨਹੀਂ ਹੈਗਾ ਵੀ ਅੱਜ ਆਪਾਂ ਨੇ ਇਹਦਾ ਕੰਮ ਕਰਤਾ ਤਾਂ ਸਾਲਾ ਸਵੇਰੇ ਫੇਰ ਆਉਣਾ ਪਵੇ ਜਾਂ ਪਰਸੋਂ ਨੂੰ ਫੇਰ ਆਉਣਾ ਪਵੇ। ਅਤੇ ਤਿੰਨੇ ਜਿਹੜੇ ਮੇਨ ਦੇ ਜੰਪਰ ਨੇ ਉਹਨਾਂ ਨੂੰ ਇਹ ਪ੍ਰੋਪਰ ਵਧੀਆ ਬਣਾ ਕੇ ਲਾਊਗਾ, ਟਾਈਮ ਜ਼ਰੂਰ ਲੱਗ ਜੂਗਾ ਘੰਟਾ, ਜਾਣੀ ਇਹ ਆ ਵੀ ਫਿਰ 6 ਮਹੀਨੇ ਇਹਦੀ ਕੰਪਲੇਂਟ ਨਹੀਂ ਆਉਂਦੀ, ਜੰਪਰ ਟੁੱਟਣ ਦੀ ਕੰਪਲੇਂਟ ਨਹੀਂ ਆਊਗੀ। ਜਿਹੜਾ ਸੁੱਚ ਤੋਂ ਥੱਲੇ ਕੁਛ ਵੀ ਹੁੰਦਾ ਜਾਂ ਕੋਈ ਕੰਪਲੇਂਟ ਆਉਂਦੀ ਆ ਉਹ ਤਾਂ ਚਲੋ ਹੋ ਹੀ ਜਾਂਦੀ ਆ, ਉਹ ਤਾਂ ਜੇ ਆਪਣਾ ਕਿਤੇ ਸ਼ਾਰਟ ਸਰਕਟ ਹੋ ਗਿਆ ਉਹਨੇ ਤਾਂ ਫਿਊਜ਼ ਡਾਉਣਾ ਹੀ ਆ, ਉਹ ਤਾਂ ਕੰਮ ਹੋਣਾ ਹੀ ਆ। ਪਰ ਮੇਨ ਆ ਜਿਹੜੇ ਆਪਣੀ ਮੇਨ ਜਿੱਥੋਂ ਆਪਾਂ ਜਿਹੜੀ ਟਰਾਲੀ ਡਾਊਨ ਕਰਵਾ ਕੇ ਆਪਾਂ ਕੰਮ ਕਰਨਾ, ਉਹ ਆਪਣਾ ਵਧੀਆ ਕੰਮ ਮਤਲਬ ਹੋਣਾ ਚਾਹੀਦਾ, ਉਹ ਕੰਮ ਵਧੀਆ ਕਰੋ ਤਾਂ ਕਿ ਦੁਬਾਰਾ ਆਪਾਂ ਨੂੰ ਟਰਾਲੀ ਡਾਊਨ ਕਰਵਾਉਣ ਦੀ ਲੋੜ ਪਵੇ ਹੀ ਨਾ ਜਦੋਂ ਆਪਾਂ ਮੇਨ ਦੀ ਕੰਪਲੇਂਟ ਕਰਦੇ ਹਾਂ। ਇਹ ਦੇਖੋ ਜੀ ਹੁਣ ਲੈਨਮੈਨ ਸਾਹਿਬ ਆਪਣੀ ਤਸੱਲੀ ਕਰਨਗੇ, ਇਹਨਾਂ ਦਾ ਕੀਤਾ ਹੋਇਆ ਕੰਮ 'ਤੇ ਕੋਈ ਚੈਲੰਜ ਨਹੀਂ ਕਰ ਸਕਦਾ। ਜੇ ਕੋਈ ਇਹਨਾਂ ਦੇ ਕੰਮ ਕੀਤੇ ਹੋਏ 'ਤੇ ਚੈਲੰਜ ਕਰ ਸਕਦਾ ਤਾਂ ਉਹ ਆ ਕੇ ਸਾਨੂੰ ਮਿਲ ਸਕਦਾ, ਅਸੀਂ ਮਤਲਬ ਉਹਦੀ ਪੂਰੀ ਰਿਕੁਐਸਟ ਨਾਲ ਮਤਲਬ ਰਿਕੁਐਸਟ ਕਰਾਂਗੇ ਸਾਨੂੰ ਦੱਸੇ ਵੀ ਜਾਂ ਜੇ ਸਾਡੇ ਕੋਈ ਕੰਮ 'ਚ ਨੁਕਸ ਆ, ਅਤੇ ਜੇ ਕਿਸੇ ਨੂੰ ਲੱਗੇ ਤਾਂ ਉਹ ਸਾਨੂੰ ਆ ਕੇ ਮਿਲ ਸਕਦਾ। ਦੇਖੋ ਹੁਣ ਇਹ ਪੂਰੀ ਐਨ ਪ੍ਰੋਪਰ ਬੈਂਡਿੰਗ ਇੱਦਾਂ ਦੀ ਲਾਉਂਦੇ ਨੇ ਵੀ ਮੰਨ ਲਓ ਵੀ ਹਵਾ ਵੀ ਕ੍ਰੋਸ ਨਹੀਂ ਕਰੂਗੀ ਆਪਣੀ ਬੈਂਡਿੰਗ ਲਾਈ ਹੋਈ ਦੇ ਵਿੱਚ। ਜੇ ਆਪਣੀ ਬੈਂਡਿੰਗ ਲੱਗੀ ਜਾਂ ਹਵਾ ਕ੍ਰੋਸ ਕਰ ਗਈ ਫਿਰ ਤਾਂ ਕੰਮ ਦਾ ਨਜ਼ਾਰਾ ਸਵਾਦ ਮਤਲਬ ਆਉਂਦਾ ਨਹੀਂ ਹੈਗਾ, ਫਿਰ ਉਹ ਲੂਜ਼ ਹੋ ਜਾਂਦੀ ਆ। ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ। ਅਤੇ ਦੇਖੋ ਇਹ ਜੰਪਰ ਇੱਕ ਟੁੱਟਿਆ ਸੀਗਾ ਇਹਨੇ, ਪਰ ਦੋਵੇਂ ਤਿੰਨਾਂ ਉਹਦੇ ਉੱਤੇ ਹੱਥ ਫੇਰਤਾ ਮਤਲਬ ਲੋਟ ਕਰਤਾ ਜਿੱਥੇ ਆਪਣੇ ਇਹਨੂੰ ਲੈਨਮੈਨ ਸਾਹਿਬ ਨੂੰ ਲੱਗਿਆ ਕਿ ਲੂਜ਼ ਪੁਆਇੰਟ ਆ। ਅਤੇ ਬਾਕੀ ਜਿੱਦਾਂ ਥੱਲੇ ਲੈਨਮੈਨ ਸਾਹਿਬ ਨੇ ਜਿਹੜਾ ਇਹਨਾਂ ਨੂੰ ਵੀ ਮਤਲਬ ਮਾੜਾ ਮੋਟਾ ਕੋਈ ਲੱਗਦਾ ਇਹ ਵੀ ਦੱਸ ਦਿੰਦੇ ਨੇ ਵੀ ਆਹ ਇੱਕਣ ਆਹ ਲਓ ਜੀ, ਅਤੇ ਆਪਣੇ ਇਹ ਲੈਨਮੈਨ ਸਾਹਿਬ ਥੱਲੇ ਵਾਲੇ ਬਲੇਟ ਦਾ ਜਿਹੜਾ ਜੰਪਰ ਆ ਉਹਨੂੰ ਵੀ ਲਾ ਰਹੇ ਨੇ, ਉਹ ਵੀ ਇਹਨੂੰ ਲੱਗਿਆ।